जनाब सलाम वालेकुम जी, क्या हाल जनाब? ठीक ठाक हो? ठीक एक बार ठाक। जनाब सानू पुठे पुठे जनाब अल्फाज दसदा आंदा तो हां बिच इंग्लिश भी बोलनी है। वही मौलवी साधे बंदे हाँ कितने इंग्लिश बोलनी है। आंदा जनाब अपने नाजरीन दसो। मैं क्या यार वेखन वाले नाजरीन आंदे आंदा नहीं व्यूवर्स आखो बिच व्यूवर्स आखना को लाजमी है यार। नहीं इंग्लिश होंगी, इंग्लिश मारे स्कूल छड़े है। सही हो। फिर वही आंदा आ गया। चलो मौल साहब तुम पंजाबी बोलो। आ जाओ जनाब इधर जरा ना मौल साहब। अज अभी तुम दसांगे कि जनाब साढ़े को बरसीम ही मौजूद है, लेकिन साड़ी जेडे ना भेड़ बकरियां जड़िया ने ਉਹ ਪਤਲਾ ਗੋਹਾ ਕਰਨ ਲੱਗ ਪਈਆਂ ਹਨ, ਜਿਨ੍ਹਾਂ ਦੀ ਵਜ੍ਹਾ ਤੋਂ ਫਿਰ ਅਸੀਂ ਅੱਜ ਗਤਾਵਾ ਕੀਤਾ ਹੈ। ਸਹੀ ਹੋ ਠੀਕ ਹੈ। ਇਹ ਜਨਾਬ ਤੂੜੀ ਹੈ ਵਿੱਚ, ਤੂੜੀ ਦਾਣਾ ਥੋੜ੍ਹਾ ਜਿਹਾ ਵਿੱਚ ਕਣਕ ਮਿਕਸ ਕੀਤੀ ਹੈ, ਇਹ ਬਰੀਕ ਤੂੜੀ ਹੈ ਵਿੱਚ ਚੋਕਰ ਹੈ ਠੀਕ ਹੈ। ਇਹ ਹਾਂ ਜਨਾਬ ਜਿਹੜਾ ਨਾ ਉਹਨਾਂ ਨੂੰ ਗਤਾਵਾ ਕਰਕੇ ਅਤੇ ਜਨਾਬ ਅੱਜ ਤਾਂ ਇਨਸ਼ਾ ਅੱਲਾਹ ਤਾਲਾ ਬੰਨਾਂਗੇ। ਅੱਜ ਹਾਂ ਵੇਖੋ ਤੁਹਾਨੂੰ ਵਿਖਾਈਏ ਜਰਾ ਬੱਕਰੀਆਂ ਹਾਂ ਬੰਨੀਆਂ ਕਿੱਥੇ ਨੇ ਜਰਾ ਉਮਰ ਸਾਹਿਬ ਜਰਾ ਚੈੱਕ ਕਰਾਓ ਇਹਨਾਂ ਨੂੰ। ਆਹ ਵੇਖੋ ਜੀ ਇਹਨੂੰ ਆਹ ਬੱਕਰੀਆਂ ਜਨਾਬ ਵੇਖੋ ਨਾ ਕਿੰਨੇ ਜਰਾ ਨਾ ਠੰਡ ਹੈ ਮੋਲ ਸਾਹਿਬ ਅੱਜ ਕੱਲ੍ਹ ਬਹੁਤ ਬਹੁਤ ਸਰਦੀ ਪੈਣ ਰਹੀ ਹੈ ਜਨਾਬ, ਬਹੁਤ ਠੰਡ ਹੈ ਠੀਕ ਹੈ। ਅਤੇ ਇਹ ਜਨਾਬ ਹੁਣ ਮੈਂ ਬੱਕਰੀਆਂ ਜਰਾ ਕੱਢ ਲੱਗਾ ਬਾਹਰ, ਉਮਰ ਸਾਹਿਬ ਜਰਾ ਲਿਆਓ ਜੀ ਨਾਜ਼ਰੀ ਨੂੰ ਵਿਖਾਈਆਂ ਜਾਣ ਠੀਕ ਹੈ। ਆਹ ਵੇਖੋ ਜੀ ਇਹ ਜਨਾਬ ਸਾਡੀਆਂ ਬੱਕਰੀਆਂ ਬੱਜੀਆਂ ਨੇ। चलो मोल साहब खाना। अच्छा जी सर जी जनाब गिजे ने बरसीम खान ते इन्होंने बरसीम खाना, इन्होंने बहुत मुश्किल चलाना इन्होंने औखा काम। आ तुहानूं इह कुत्ते दे बारे खसूसियत दसीए, इह कुत्ता बकरवाल है ते इह कुत्ते रखदे ने पहाड़ी इलाकें दे विच लोकी बकरियां दे मगर भेड़ बकरियां वाले। इह जानवरां दी बहुत ज़्यादा हिफाजत करदा वे, इह बहुत वफादार जानवर है। मौल साहब तुसां कित्थों लै के आए हो? जनाब असीं लै के आए हां कश्मीर तों बाग तों। अच्छा जी कुत्ता लै के आए हां जनाब, ये आम कुत्ता नहीं है। सही है ठीक है क्या? नहीं उखलो यार यार तू कड़ कम लगा है। अरे को मोल साहब ना पूरा मस्त हुंदा है। उखलो यार यार ये जनाब बंदा भी खिंचदा वेंदे हो गए। मोल साहब जरा घुट के फड़ो की ये मोल साहब उधर के ला के घुट के छोड़ दो घुटता हूं। मोल साहब ने कुत्ता खिंच के ला चला हाजे जनाब खिंच के ला गया कि इस तो बाद की तंत दसा ये नहीं मुड़ता। माशाल्लाह जी जोर वाला कुत्ता है, जोर वाले ये सुबह माशाल्लाह किलो दूध पींदा जी उमर साहब। अच्छा जी हाँ जी तो दोपहर जनाब इन्हां नूं पाई दी है मुर्गी। सही है ठीक है। शाम नूं फिर किलो दे विच दो दो अंडे। ये जनाब एवें तो नहीं पल पलिया, एवें तो नहीं खिंच के ला गया ठीक है कि नहीं उमर साहब? हाँ जी मज पीती हुई चलो दो जी ठीक है जनाब। उमर साहब ठीक है जनाब अभी हम बन देने बनो जी ठीक है ताकि लोग जड़े ने तो तंग ना हो लोगों ने को लत लुत ना पार छड़े। सही हो गया। हाँ जी ਮੋਲ ਸਾਹਿਬ ਖੋਤੀ ਦੀ ਖਸੂਸੀਅਤ ਦੱਸੋ। ਖੋਤੀ ਖੋਤੀ ਦੀ ਕੀ ਖਸੂਸੀਅਤ? ਖੋਤੀ ਆਮ ਹੀ ਹੈ ਸਰ ਜੀ, ਇਹ ਕੋਈ ਖਾਸ ਕੋਈ ਖੋਤੀ ਨਹੀਂ। ਇਹ ਇਨਸ਼ਾਅੱਲਾ ਤਾਲਾ ਸਾਡੀ ਕੁੱਤੀ ਸੂਣ ਵਾਲੀ ਹੈ। ਅੱਛਾ ਜੀ ਅਣਗਰੇਬ ਤੁਹਾਨੂੰ ਜਨਾਬ ਬੱਚਿਆਂ ਦੇ ਦਰਸ਼ਨ ਕਰਵਾਵਾਂਗੇ ਇਨਸ਼ਾਅੱਲਾ ਤਾਲਾ। ਕਮਾਲ ਬੱਚੇ ਹੋਣਗੇ, ਇਹ ਸ਼ੇਰੂ ਦਾ ਲੱਗਾ ਹੈ, ਲੱਗੀ ਹੈ ਮਾਸ਼ਾਅੱਲਾ ਕ੍ਰਾਸ ਕੇ ਸ਼ੇਰੂ ਨੇ ਕੀਤੀ ਹੈ। ਸਹੀ ਹੈ ਤੇ ਇਨਸ਼ਾਅੱਲਾ ਤਾਲਾ ਬਹੁਤ ਅੱਛੇ ਬੱਚੇ ਇਨਸ਼ਾਅੱਲਾ। ਉਮੀਦ ਹੈ ਕਿ ਸਾਥੀਆਂ ਨੂੰ ਇਨਸ਼ਾਅੱਲਾ ਵਹਾਵਾਂਗੇ ਬੱਚੇ ਵੀ। ਸਹੀ ਹੈ ਤੇ ਬਸ 10-15 ਦਿਨਾਂ ਤੱਕ ਸਾਡੀ ਕੁੱਤੀ ਵੀ ਸੂਣ ਵਾਲੀ ਹੈ। ਸਹੀ ਹੈ ਹਾਂਜੀ। ਤੇ ਮੋਲ ਸਾਹਿਬ ਹੋਰ ਕੀ ਸ਼ੌਕ ਰੱਖਿਆ ਜੀ ਆਪਣਾ? ਹੋਰ ਜਨਾਬ ਕਬੂਤਰ ਵੀ ਰੱਖੇ ਨੇ ਇਨਸ਼ਾਅੱਲਾ ਤਾਲਾ ਵੀਵਰ ਦੂਨ। ਫਿਰ ਕੱਲ ਨੂੰ ਇਨਸ਼ਾਅੱਲਾ, ਕੱਲ ਦੀ ਵੀਡੀਓ ਦੇ ਵਿੱਚ ਇਨਸ਼ਾਅੱਲਾ ਕਬੂਤਰ ਹੋਵਾਂਗੇ। ਸਹੀ ਆਪਣੇ ਕਬੂਤਰਾਂ ਦਾ ਸ਼ੌਕ ਵੀ ਇਹਨਾਂ ਨੂੰ ਜਿਹੜਾ ਨਾ ਪੂਰਾ ਕੀਤਾ ਜਾਏਗਾ ਇਨਸ਼ਾਅੱਲਾ। ਸਹੀ ਹੈ ਠੀਕ ਹੈ। ਕਬੂਤਰ ਵੀ ਰੱਖੇ ਨੇ ਜਨਾਬ, ਅੱਗੇ ਮੁਰਗੀਆਂ ਤੁਹਾਨੂੰ ਵਿਖਾ ਦਿੱਤੀਆਂ ਨੇ ਜਨਾਬ, ਬੈਸਾਂ ਰੱਖੀਆਂ ਨੇ ਠੀਕ ਹੈ। ਉਸ ਤੋਂ ਬਾਅਦ ਤੁਹਾਨੂੰ ਕੱਲ ਪਾਣੀ ਦਾ ਜੋੜ ਤੋੜ ਵਿਖਾਇਆ ਗਿਆ ਸਹੀ ਹੈ ਤੇ ਇਨਸ਼ਾਅੱਲਾ ਤਾਲਾ ਕੱਲ ਕਬੂਤਰਾਂ ਦੀ ਵਾਰੀ ਹੈ।
ਕਬੂਤਰ ਵੀ ਕੋਈ ਹੈ ਤੋਲਾ ਵਾ ਵੀ ਹੋਰ ਵੀ ਜਨਾਬ ਇਨਸ਼ਾਅੱਲਾ ਤਾਲਾ ਜਿਹੜਾ ਨਾ ਤੁਹਾਨੂੰ ਜਿਹੜਾ ਵਹਾਂਦੇ ਰਹਾਂਗੇ ਇਨਸ਼ਾਅੱਲਾ ਵੀਡੀਓ ਮਜ਼ੀਦ ਅੱਗੇ ਜੋ ਵੀਡੀਓ ਜਾਵਾਂਗੇ ਅੱਗੇ ਮਜ਼ੀਦ ਵਹਾਂਦੇ ਰਹਾਂਗੇ ਠੀਕ ਹੈ ਜੀ ਚਲੋ ਜੀ ਓਕੇ ਜਨਾਬ ਅੱਲਾ ਹਾਫਿਜ਼ ਜੀ ਜਨਾਬ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ ਠੀਕ ਹੈ ਲਾ ਰੱਖਦਾ ਬਟਨ ਹੈ ਸਬਸਕ੍ਰਾਈਬ ਜਿਹੜਾ ਨਾ ਉੱਥੇ ਜਨਾਬ ਲਾਜ਼ਮੀ ਦਵਾਇਆ ਜੇ ਸ਼ੇਅਰ ਕਰਿਆ ਜੇ ਓਕੇ ਜੀ ਅੱਲਾ ਹਾਫਿਜ਼ ਜੀ ਜਨਾਬ ਸਾਡਾ ਜੁੜੇ ਰਹੇ ਬੜੀ ਮਿਹਰਬਾਨੀ।